ਦਫ਼ਤਰ ਬਲਾਕ ਵਿਕਾਸ ਅਤੇ ਪੰਚਾਇਤ ਅਫਸਰ ਰੁੜਕਾ ਕਲਾਂ ਵਿਖੇ ਅਨੁਸੂਚਿਤ ਜਾਤੀ ਪਛੜੇ ਵਰਗ ਦੇ ਲੋਕ ਨਾਬਾਲਗ ਮੁਸੀਬਤ ਦੇ ਮਾਰੇ ਬੇਸਹਾਰਾ ਗਰੀਬ ਲੋਕ ਜਿਨ੍ਹਾਂ ਨਾਲ ਕੋਈ ਧੱਕਾ ਹੋਇਆ ਹੋਵੇ ਨੂੰ ਮੁਫ਼ਤ ਕਾਨੂੰਨੀ ਸਹਾਇਤਾ ਦੇਣ ਲਈ ਅਤੇ ਪੀੜਤਾਂ ਨੂੰ ਮੁਆਵਜ਼ਾ ਦੇਣ ਲਈ ਵਿਸ਼ੇਸ਼ ਕੈਂਪ ਦਾ ਆਯੋਜਨ ਕੀਤਾ ਗਿਆ ਜਿਸ ਵਿੱਚ ਸ਼੍ਰੀ ਜਾਪ ਇੰਦਰ ਸਿੰਘ ਚੀਫ਼ ਜੁਡੀਸ਼ੀਅਲ ਮੈਜਿਸਟਰੇਟ ਕਮ ਸਕੱਤਰ ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਜਲੰਧਰ ਅਤੇ ਸ਼੍ਰੀ ਜਗਨਨਾਥ ਸੀਨੀਅਰ ਅਸਿਸਟੈਂਟ ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਜਲੰਧਰ ਵੱਲੋਂ ਆਏ ਹੋਏ ਲੋਕਾਂ ਨੂੰ ਵਿਸਥਾਰਪੂਰਵਕ ਜਾਣਕਾਰੀ ਦਿੱਤੀ ਗਈ ਕਿ ਕਿਹੜੇ ਲੋਕ ਮੁਫ਼ਤ ਕਾਨੂੰਨੀ ਸਹਾਇਤਾ, ਪੀੜਤਾਂ ਲਈ ਮੁਆਵਜ਼ਾ, ਲੋਕ ਅਦਾਲਤਾਂ ਦਾ ਲਾਭ ਅਤੇ ਮੈਡੀਏਟਰ ਰਾਹੀਂ ਸਮਝੌਤਾ ਕਰਨ ਦਾ ਲਾਭ ਕਿਵੇਂ ਪ੍ਰਾਪਤ ਕਰ ਸਕਦੇ ਹਨ। ਉਹਨਾਂ ਨਾਲ ਸ਼੍ਰੀ ਮਨੂ ਸਿੰਗਲਾ ਜੱਜ, ਸ਼੍ਰੀ ਜਿੰਦਰਪਾਲ ਸਿੰਘ ਜੱਜ, ਮੈਡਮ ਜੈਸਮੀਨ ਜੱਜ, ਮੈਡਮ ਹਰਮੀਤ ਕੌਰ ਜੱਜ, ਮੈਡਮ ਪ੍ਰਭਜੋਤ ਕੌਰ ਜੱਜ ਨੇ ਇਸ ਕੈਂਪ ਵਿੱਚ ਵਿਸ਼ੇਸ਼ ਤੌਰ 'ਤੇ ਭਾਗ ਲਿਆ। ਇਸ ਮੌਕੇ 'ਤੇ ਬਲਾਕ ਵਿਕਾਸ ਅਤੇ ਪੰਚਾਇਤ ਅਫਸਰ ਰੁੜਕਾ ਕਲਾਂ ਸ਼੍ਰੀ ਰਾਮਪਾਲ ਰਾਣਾ ਅਤੇ ਸ਼੍ਰੀ ਚਰਨਜੀਤ ਸਿੰਘ ਪੰਚਾਇਤ ਅਫਸਰ ਵੱਲੋਂ ਕੈਂਪ ਦਾ ਖਾਸ ਪ੍ਰਬੰਧ ਕੀਤਾ ਗਿਆ। ਇਸ ਮੌਕੇ ਸ਼੍ਰੀਮਤੀ ਹਰਜਿੰਦਰ ਕੌਰ ਚੇਅਰਪਰਸਨ ਪੰਚਾਇਤ ਸਮਿਤੀ ਰੁੜਕਾ ਕਲਾਂ, ਸ਼੍ਰੀਮਤੀ ਅਮਰਜੀਤ ਕੌਰ CDPO ਰੁੜਕਾ ਕਲਾਂ, ਭਾਰੀ ਗਿਣਤੀ ਵਿੱਚ ਪਿੰਡਾਂ ਦੇ ਸਰਪੰਚ, ਪੰਚ ਅਤੇ ਆਂਗਣਵਾੜੀ ਵਰਕਰਾਂ ਵੱਲੋਂ ਕੈਂਪ ਵਿੱਚ ਭਾਗ ਲਿਆ ਗਿਆ ਤਾਂ ਜੋ ਅੱਗੇ ਪਿੰਡਾਂ ਵਿੱਚ ਇਸ ਦਾ ਲਾਭ ਲੈਣ ਲਈ ਵੱਧ ਤੋਂ ਵੱਧ ਪ੍ਰਚਾਰ ਕੀਤਾ ਜਾ ਸਕੇ। ਮੈਂ ਜਪਿੰਦਰ ਸਿੰਘ, CGM ਕਮ ਸਕੱਤਰ, ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ। ਅੱਜ ਅਸੀਂ ਬਲੋਕ ਰੁੜਕਾ ਦੀਆਂ ਜਿਹੜੇ ਪੰਚਾਇਤਾਂ ਨੇ ਉਹਨਾਂ ਦੇ ਸਰਪੰਚ ਸਾਹਿਬਾਨ, ਮੈਂਬਰ ਸਾਹਿਬਾਨ ਔਰ ਬਲੋਕ ਦੇ ਜਿੰਨੇ ਪ੍ਰਸ਼ਾਸਨ ਦੇ ਅਧਿਕਾਰੀ ਹੈ ਉਹਨਾਂ ਨਾਲ ਅਸੀਂ ਇੱਕ ਸੈਮੀਨਾਰ ਕੀਤਾ ਬਲੋਕ ਰੁੜਕਾ ਦੇ ਦਫ਼ਤਰ ਵਿੱਚ। ਇੱਥੇ ਅਸੀਂ ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਵੱਲੋਂ ਮੁਹੱਈਆ ਕਰਾਈ ਜਾਣ ਵਾਲੀਆਂ ਮੁਫ਼ਤ ਕਾਨੂੰਨੀ ਸਲਾਹ ਔਰ ਮੁਫ਼ਤ ਕਾਨੂੰਨੀ ਵਕੀਲ ਸਾਹਿਬਾਨ ਦੀ ਜਿਹੜੀ ਸੇਵਾ ਹੈ ਉਹਦੇ ਬਾਰੇ, ਪੀੜਤ ਮੁਆਵਜ਼ਾ ਸਕੀਮ ਬਾਰੇ, ਮੀਡੀਏਸ਼ਨ ਸੈਂਟਰ, ਲੋਕ ਅਦਾਲਤਾਂ ਬਾਰੇ, ਜਿਹੜੇ ਸਮਝੌਤੇ ਰਾਹੀਂ ਕੇਸਾਂ ਦੇ ਨਿਪਟਾਰੇ ਕਰਨ ਬਾਰੇ ਇਹ ਜਾਣਕਾਰੀ ਸਾਰੀ ਸਾਂਝੀ ਕੀਤੀ ਹੈ। ਅਸੀਂ ਆਸ ਕਰਦੇ ਹਾਂ ਕਿ ਜਿਨ੍ਹਾਂ ਨੇ ਅੱਜ ਪ੍ਰੋਗਰਾਮ ਅਟੈਂਡ ਕੀਤਾ ਹੈ ਸਾਰੇ ਲੋਕਾਂ ਦੇ ਨੁਮਾਇੰਦੇ ਨੇ, ਇਹ ਲੋਕਾਂ ਨਾਲ ਵਿਚਰਦੇ ਹੈ, ਪਿੰਡਾਂ ਦੇ ਵਿੱਚ ਲੋਕਾਂ ਨਾਲ ਇਹਨਾਂ ਦਾ ਰਾਬਤਾ, ਸਮੱਸਿਆਵਾਂ ਦਾ ਇਹਨਾਂ ਨੂੰ ਸਾਰਿਆਂ ਨੂੰ ਪਤਾ ਹੈ, ਤਾਂ ਜਿੱਥੇ ਵੀ ਕੋਈ ਲਾਭਪਾਤੀ ਸਾਡੀ ਸੇਵਾ ਲੈਣ ਦਾ ਕੋਈ ਹੱਕਦਾਰ ਹੈ ਉੱਥੇ ਤੱਕ ਇਹ ਸਾਡੀ ਜਾਣਕਾਰੀ ਪਹੁੰਚਾਉਣਗੇ ਔਰ ਸਾਡੇ ਦਫ਼ਤਰਾਂ ਨਾਲ ਲੋਕਾਂ ਦਾ ਰਾਬਤਾ ਬਣਾਉਣਗੇ ਤਾਂ ਕਿ ਲੋਕ ਆਪਣੇ ਬਣਦੇ ਕਾਨੂੰਨੀ ਹੱਕ ਆ ਜਿਹੜੇ ਉਹ ਲੈ ਸਕਣ।